यार मैं ना मेरा भी सौ पैसे मजदूरी अब ले आउनी मैं अपनी जेब जो घेरा ना मैं तो मकान का काम करांदा रह गया ताजा का नहीं करांदा तेरा कोई एक बंदे एक बार ही फोन किया भैया काम है शुरू करो असल जितने यहां से सब छोड़ के आएंगे। अस्सलाम वालेकुम, मैं मलिक रिजान, उम्मीद करें सारे खैर खरिया नालो सब बिस्मिल्लाह पढ़ के आज दा मजार विला करने शुरू। तो आपको पता है कितने दीवारा थी कि मेरी एक भूतराली खुद ही आई पी आज मैं पहले खुद ही स्टार्ट खुद बना के क्योंकि मिस्त्री को बना के देने यार भाई जड़ा है पे मिस्त्री का काम करा दे इको मैं चलो सेटिंग कर दे चलो बाकी अगर बात मैं ब्लॉक लाई असा अपने की नहीं चलो मतलब सेटिंग करके देना हूँ तारी पहले चाहवा ब्लॉक चाहवा ब्लॉक चाहना बिस्मिल्लाह पढ़ के पहले दो असा ब्लॉक रख दी तेन जे ध्यान रखी कि मैं कबूतर रखने नहीं तकरीबन घाटे घाट में रखना वही दी रेंज में कबूतर रखने नहीं ਤੱਲੇ ਦਾ ਜਿਹੜਾ ਆਇਆ ਰਹੇ ਪਿਆ ਬਨੀਜ ਕੇ ਇੱਕ ਤਾਂ ਸਾ ਮਿਸਾਲ ਹੈ ਦਾ ਨਹੀਂ ਮਿੰਨਾ ਨਾਲ ਮੈਂ ਮੰਗਣ ਆਇਆ ਖਣਾ ਇਹ ਜੋ ਆਇਆ ਖੜਾ ਮੈਂ ਸਹੀ ਮਿਸਾਲ ਹੈ ਦੀ ਇੱਕ ਤਾਰੀ ਦਿਓ ਕੌਣ ਹੈ ਇਹ ਯੂਟਿਊਬਰ ਚਾਹ ਵਾਂ ਇੱਥੇ ਬੰਦੇ ਦਾ ਦਿਲ ਹੋਣਾ ਚਾਹੀਦਾ ਹੈ ਮਿਸਾਲ ਹੈ ਦੀ ਮਿਸਾਲ ਹੈ ਤਾਂ ਕੁੱਤਾ ਹੀ ਨਹੀਂ ਖਾਂਦਾ ਸਿੱਧੀ ਲਵਾਏ ਨਾ ਮੇਰੇ ਕਬੂਤਰੀ ਨੂੰ ਸੈਟਾਂ ਦਵਾ ਕੇ ਉਹ ਸਾਡਾ ਕਮਰਾ ਪੁੱਠਾ ਬੜਾ ਗਿਆ ਸੀ ਮਿਸਤਰੀ ਜਿਹੜਾ ਮੈਂ ਮਿਸਤਰੀ ਚਾਹਾਂ ਇਹ ਸਪੈਸ਼ਲ ਕਬੂਤਰਾਂ ਦਾ ਮਤਲਬ ਖੁੱਜਾਂ ਬਣਾਉਂਦੇ ਸਿਰਫ ਬਈਆ ਕੰਮ ਹੀ ਕਰਾਉਂਦੇ ਲੇਕਿਨ ਸਪੈਸ਼ਲ ਜਿਹੜਾ ਮਤਲਬ ਜਿਵੇਂ ਖਾਸ ਹੋਣਾ ਜੀ ਯਾਰ ਮੈਂ ਫਲਾਣਾ ਕੰਮ ਜਿਹੜਾ ਮੈਂ ਖਾਸ ਕਰਾਉਣਾ ਮਤਲਬ ਜ਼ਿਆਦਾ ਖਾਸ ਜਿਹੜਾ ਹੈ ਇਹੋ ਕੰਮ ਕਰਾਉਂਦੇ ਤਾਂ ਇੱਕ ਮੈਂ ਤਾਂ ਸਪੈਸ਼ਲ ਚਾਹਾਂ ਸਾਧ ਕਾਰੀਗਰ ਪੱਕਾ ਹੀ ਬੈਠੇ ਵੇ ਆਹ ਉਹ ਸਾਰੀ ਦਰੀ ਤੱਲਿਆ ਪਈ ਦਰੀ ਤੱਲਿਆ ਪਈ ਹੂੰ ਇਹ ਜਿਹੜਾ ਉਸਤਾਦ ਮੈਂ ਚਾਹਿਆ ਹਾਂ ਤਾਂ ਇਹ ਸਿਰਫ ਮੈਂ ਕੋਈ ਤਾਕਤੀ ਲਾ ਕੇ ਦੇਣਾ ਮੈਂ ਤਾਂ ਸਮਝਿਆ ਮੁਕੰਮਲ ਖੁਦ ਹੀ ਹੂੰ ਮੈਂ ਆਪ ਕਾਰੀਗਰ ਹਾਂ ਤਾਂ ਇਹ ਉਸਤਾਦ ਹੋਣੀ ਇਹ ਮਿਹਰਬਾਨੀ ਇਹਨਾਂ ਦੀ ਮੈਂ ਅੱਗੋਂ ਦਰਵਾਜ਼ਾ ਲਾ ਦਿੱਤਾ ਐਰਾ ਰੱਖ ਦਿੱਤਾ ਹੁਣ ਮੈਂ ਸ਼ੇਰ ਹਾਂ ਹੁਣ ਟੈਨਸ਼ਨ ਕਾਂ ਨਹੀਂ ਹੁਣ ਮੈਂ ਆਪ ਸਾਰਾ ਮੁਕਾ ਗਿਆ ਸਾਂ ਸਸ ਚੰਦ ਬਸ ਵੀ ਮੂੰਹ ਆਤੀ ਕਾਂ ਦੋਤਾ ਸਵੇਰ ਦਾ ਯਾਰ ਸਿਰ ਵੀ ਉਸਾ ਮਿਸਤਰੀ ਦੀ ਬਾਰ ਮੈਂ ਕਿ ਲੱਗਾ ਗਿਆ ਤਾਂ ਮੈਂ ਦੀ ਵਤ ਖੁਦੀ ਦਾੜੀ ਵਰਾ ਵਤ ਰਹਿ ਰਹੀ ਹੈ ਮਿਸਤਰੀ ਸਾਹਿਬ ਨੇ ਹੱਥ ਧੋਂਦੇ ਪਰ ਵਾਲਾ ਮਿਸਤਰੀ ਸਾਹਿਬ ਨੇ ਵਾਪਸ ਛੋੜਾ ਮੈਂ ਫਾਈਨਲੀ ਜਨਾਬ ਮੈਂ ਵਲਾ ਹੋਣ ਨੂੰ ਛੋੜ ਕੇ ਆ ਗਿਆ ਤੇ ਹੁਣ ਮਜ਼ਦੂਰੀ ਮੈਂ ਆਪਾਂ ਦਾ ਮਿਸਤਰੀ ਆਪਾਂ ਹਾਲੀ ਵੀਵਰ ਮੈਂ ਹਾਲੀ ਖੁਦ ਹੀ ਬਣਾਉਂਦਾ ਪਿਆ ਮੈਂ ਡਿੱਠੇ ਰੂ ਕਬੂਤਰ ਆ ਬੈਠੇ ਪਤਾ ਨਹੀਂ ਕਹਿੰਦਾ ਹੈ ਕਿ ਪਕੜਾ ਨਹੀਂ ਹੈ ਕਬੂਤਰ ਲਿਖਿਆ ਨਾ ਕਿੱਥਾਂ ਬੈਠੇ ਜੀ ਉਹ ਹੁਣ ਹਾਇਆ ਦੇ ਥਾਈ ਹੈ ਸਬਾਰੇ ਦੇ ਉੱਤੇ ਉਹ ਬੈਠੇ ਹੋਏ ਤੀਆ ਸਾਹਮਣੇ ਉਹ ਦੇਖੋ ਵੈਸੇ ਮੈਂ ਉਹ ਕਬੂਤਰ ਪਕੜਿਆ ਦਾ ਰਹਿ ਗਿਆ ਕਬੂਤਰ ਇਹ ਉੱਡਦਾ ਖੜੇ ਵੇ ਇਹ ਦੇਖੋ ਸਾਹਮਣੇ ਇਹ ਬਾਸੀ ਇਹ ਉਹ ਨਿਕਲ ਗਿਆ ਮਾਲਕ ਹੀ ਨਾਲ ਆ ਗਏ ਥੋਕ ਮੈਂ ਮਾਲਕ ਦੀ ਕਹਿਣਾ ਮਾਲਕ ਕਿਹੜਾ ਇਹ ਤੀਆ ਕਹਿਣਾ ਮਾਲਕ ਸ਼ੋ ਤਲੇ ਆਏ ਬੈਠੇ ਮੈਂ ਕਿ ਨਹੀਂ ਵਾਲਾ ਮੈਂ ਕਬੂਤਰ ਤੈ ਦੇ ਪੱਕੀ ਗੱਲ ਦੇਖੇ ਸਹੀ ਕਬੂਤਰ ਹੀ ਨਾ ਹੈ ਨਾ ਨਾ ਵਸ ਤਸਵੀਰ ਨਹੀਂ ਅਗਰ ਕਹੀਂ ਵਾਇਦ ਹੁੰਦਾ ਵਾਤੀ ਕੋ ਨਾਮ ਹੀ ਲਿਆਉਂਦਾ ਚਲੋ ਮਜਬੂਰੀ ਹੋਣ ਮਾਲਕ ਹਾਂ ਚੱਲ ਤੱਕ ਮੈਂ ਤਾਰਾ ਹੈਲਪ ਕਰਵਾ ਰਹਿਣਾ ਉੱਧਰ ਉਹ ਵੀਵਰ ਸਾਹਮਣੇ ਚਬਾਰੇ ਤੇ ਵਾਂਝ ਬੈਠੇ ਮਾਲਕ ਸ਼ੁਦਾ ਉਹ ਵਧੇ ਸੀ ਇਹ ਉਹ ਮਾਲਕ ਸਾਹਮਣੇ ਖੜੇ ਸੀ ਉਹ ਸਾਹਮਣੇ ਕਬੂਤਰ ਗਿਆ ਬੈਠੇ ਹੈਲੋ ਇੱਕ ਮੈਰਿਜ ਬਾਰ ਤੇ ਲਾਣ ਨਹੀਂ ਥਾ ਸੌਖਾ ਨਾ ਪੀ ਸੀ ਆ ਚਲੋ ਹੁਣ ਨੱਪੇ ਖੜਾ ਮੈਂ ਆਪੀ ਖੁਦ ਹੀ ਬਣਾ ਕੇ ਨਾ ਵੈਸੇ ਵੀਵਰ ਤੁਸੀਂ ਸੋਚਾਂਦੇ ਪਏ ਉਸ ਜਿਹੜਾ ਕਹੀਂ ਦੇ ਕਬੂਤਰ ਪਕੜਨੇ ਗਲਤ ਉਹਨਾਂ ਵੈਸੇ ਗੱਲ ਤਾਂ ਠੀਕ ਹੈ ਲੇਕਿਨ ਪਕੜ ਪਕੜਾਈ ਲੱਗੀ ਹੋਈ ਹੈ ਸਾਰੇ ਕਿਨੇ ਮਤਲਬ ਜਿਹੜਾ ਮਾਲਕ ਪਿੱਛੂ ਆਵੇ ਤਾਂ ਠੀਕ ਹੈ ਜੇ ਅਗਰ ਮਾਲਕ ਨਾ ਆਇਆ ਤਾਂ ਉਹ ਕਬੂਤਰ ਸਾਰਾ ਸੀ ਵੈਸੇ ਮਤਲਬ ਪਕੜ ਪਕੜਾਈ ਲੱਗੀ ਉਹਨਾਂ ਪੂਰੇ ਚੱਕ ਦੇ ਵਿੱਚ ਲੇਕਿਨ ਮੈਂ ਵਲਾ ਵੀ ਕਬੂਤਰ ਦੇ ਦੇਣਾ ਮੈਂ ਤਾਂ ਯਾਰ ਅਗਲੇ ਇਤਨੀ ਮਿਹਨਤ ਨਾਲ ਸਾਂਭੀ ਪਿਆ ਉਹਨੇ ਚਲੋ ਮੈਂ ਆਪਣੇ ਹੁਣੇ ਵੱਤ ਵਾਂਝ ਕੇ ਚਾਹਨਾ ਖੁਦ ਹੀ ਬੜਾ ਕਿਨਾ ਵਾ ਤੋ ਥਾ ਕੋਈ ਖਾਣਾ ਮੈਂ ਕਿਹੜੀ ਕਿਹੜੀ ਨਸਲ ਦੇਣ ਤਾਂ ਮੈਂ ਕਮੈਂਟ ਕਰਕੇ ਸਾਰੇ ਕਿ ਅੱਛੇ ਨਹੀਂ ਮਾੜੇ ਹਨ ਪਏ ਹੁਣ ਮੈਂ ਥਾ ਕੋਈ ਖਾਇਆ ਨਹੀਂ ਕਬੂਤਰ ਉਹ ਭਾਈ ਹੋਣੀ ਕਿਨਾ ਨਾ ਪੀਂਦਾ ਨਾ ਬੜੀ ਮੁਸ਼ਕਿਲ ਨਾਲ ਹੁਣ ਕੋ ਮੇਰੇ ਚਬਾਰੇ ਦੇ ਉੱਤੇ ਵਲਾ ਹੈ ਮੈਂ ਕੀ ਥਾ ਕੋਈ ਖਾਵਾਂ ਜਿਸ ਨਾ ਪੈਂਦੇ ਕਿਵੇਂ ਹੈ ਕਬੂਤਰ ਇਹ ਹੁਣ ਦੂਜਾ ਸਾ ਛੋੜੀ ਖਣਿਆ ਮਤਲਬ ਉਹ ਨੱਪ ਸਕੂ ਪਿਆਰ ਪਿਆਰ ਨਾਲ ਕਾਸ਼ੇ ਭਾਈ ਹੋਣੀ ਵੰਦੇ ਪੈਂਦੇ ਨਾ ਕਾਸ਼ੇ ਫੇ ਕਾਬੂ 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 ਦੇਖੋ ਇਥੋਂ ਨਪੜੀ ਦਾ ਜਾਂ ਨਿਕਲ ਵੈਸੇ ਨਿਖਾ ਹੈ ਮੈਂ ਕੋ ਨਹੀਂ ਲੱਗਦਾ ਨਪੜੀ ਚ ਵੈਸੇ ਮੈਂ ਕੋ ਲੱਗਦਾ ਨਿਕਲ ਵੈਸੇ ਨਾ ਹੁਣ ਟੈਗ ਗਿਆ ਮੇਰੇ ਖਿਆਲ ਤੱਕ ਵੀ ਬਸ ਤਾਰੇ ਕਿਆ ਅੰਦਾਜ਼ ਹੈ ਤਕਰੀਬਨ ਭਾਜੀ ਵੈਸੇ ਮਾਰੇ ਜਾ ਲਾ ਉੱਪਰ ਲਿਖਾ ਬੇ ਹੱਥਾਂ ਮਾਰ ਉਹ ਨੱਪਿਆ ਪਿਆ ਵੇ ਜ਼ਿੰਦਾਬਾਦ ਮਾਸ਼ਾਅੱਲਾ ਨਸਲ ਵਾਲਾ ਹੈ ਸ਼ੁਰੂ ਥੀਂਦੇ ਪਏ ਕਬੂਤਰ ਕਿੱਦਾਂ ਨੱਪਵਾ ਹੈ ਅਤੇ ਫਾਈਨਲੀ ਜਨਾਬ ਮੈਂ ਮੁਕੰਮਲ ਕਰ ਗਈ ਹੈ ਖੁਦ ਹੀ ਇਹ ਦੇਖ ਸਕਦੇ ਹੋ ਮਾੜੀ ਜਾਂ ਚੰਗੀ ਮੈਂ ਗੁਜ਼ਾਰਾ ਕੀਤਾ ਸੀ ਮੈਂ ਆਪਣੇ ਕਿਨੇ ਨਾ ਜਿੱਥੇ ਵੇ ਅੰਦਰੋਂ ਮੈਂ ਇੱਕ ਕਾਫੀ ਮਜ਼ਬੂਤ ਕਾਫੀ ਕਰ ਛੋੜੀ ਇਹਦੇ ਡਿਟਾ ਵੀ ਇਹਨਾਂ ਦਾ ਜ਼ਹਿਰਿਆਂ ਵਗੈਰਾ ਮੁਕੰਮਲ ਮਤਲਬ ਕਈ ਬਸ ਕੋਈ ਚੀਜ਼ ਨਾਂਗ ਤੱਕ ਹੀ ਕਿਸੇ ਨਹੀਂ ਆ ਸਕਦੀ ਇਹ ਦੇਖੋ ਹੁਣ ਇਹਨਾਂ ਦੇ ਛੋਟੇ ਛੋਟੇ ਵਿੱਚ ਘੋਂਸਲੇ ਬੜਾ ਛੋਣਾ ਕਮਰਾ ਇੱਕੋ ਸੀ ਲੇਕਿਨ ਉਹਨਾਂ ਦੇ ਘਰ ਅਲੱਦ ਅਲੱਦ ਉਸ ਨੀਚੇ ਦੇਖ ਸਕਦੇ ਹੋ ਇਹ ਦੇਖੋ
घर इन्हों के अलहदा अलहदा बन चुके हैं। हूँ असा इन पानी है छत छत पैने बस कम मुक वैसे। अबू तुम क्या कराते पे हो यार मैं छत का पवा गिनो मेहनत करने बाद मेरी खुरी थी चुकी है तैयार हूं तक दिखावा वैसे उमल तो गंदी गंदी लगती पी हूं दिखाए ऐसे पहले मिस्त्री साहब की पूछ गई मिस्त्री साहब किवें है खुदी मैं अल्लाह दा बंदा तू मिस्त्रियां तो वड्डा मिस्त्री हां मैं हुन सारी छुट्टी कराना पे मैं अपने मकान अपने मैं ओन्नी मिस्त्रियां दा काम कोई नहीं करदा मैं तो ओन्नी रगड़ाई यार हां सच्चे रगड़ाई मैं नहीं करनी आंदी। अब तुसा क्या कमेंट देना चाहस किवें है खुदी मिस्त्रियां छुट्टी करवा छोड़ो हां मिस्त्रियां छुट्टी करवाने ए ही वैसे मेरी खुदी हुन वीर तुसा कमेंट करके दसना है बाकी सारे दे कमेंट तेरे सामने गिन दे वेला मुंडा ते मल्ले को मार रहेगा ਉਹ ਜਲੇ ਆਵੇ ਸਾਨੂੰ ਉਹਨਾਂ ਦੇ ਕਮੈਂਟ ਹੀ ਘਿੰਸੋ ਬਈ ਉਹ ਕਿਆ ਦਿਨ ਸਾਰੀ ਖੁਦੀ ਠੀਕ ਹੈ ਜਾਂ ਕਹਿਣਾ ਉਸਤਾਦ ਜੀ ਮੇਰੀ ਖੁਦੀ ਥੀ ਚੁੱਕੀ ਹੈ ਤਿਆਰ ਤੁਸੀਂ ਕਰ ਗਿਨੋ ਕੰਮ ਆਪਣਾ ਕੰਮ ਕਰਕੇ ਰਤਾ ਮੈਂ ਲਿਖਾਣਾ ਕਿ ਕਿਵੇਂ ਹੈ ਬਈ ਬਲਾ ਮੈਂ ਕੋ ਮਸ਼ਵਰਾ ਲਿਆ ਹੈ ਕਿ ਮੇਰੀ ਖੁਦੀ ਦੀ ਤਾਂ ਕੀ ਬਾਤ ਹੈ ਕਿ ਤਾਂ ਮੇਰੇ ਜੋਤੀ ਮੈਂ ਹੁਣ ਬਲਾ ਨੈਕਸਟ ਟਾਈਮ ਨਾ ਜਿਹੜਾ ਕੰਮ ਕਰਨਾ ਹੁੰਦਾ ਮੈਂ ਆਪੜਾ ਸਾਂ ਸਾਰੀ ਮੈਂ ਛੁੱਟੀ ਕਰਵਾ ਛੋੜਾ ਸਾਂ ਹੁਣੇ ਲੱਗੇ ਵਿੱਚ ਨਾ ਨਾ ਹੁਣ ਨਾ ਇਹ ਮੁਕੰਮਲ ਕਰੋ ਮਿਸਤਰੀ ਸਵੇਰ ਦਾ ਮੈਂ ਕੋ ਆ ਦੇ ਕਣਿਆਨ ਕੇ ਮਿਠਾਈ ਖਵਾ ਇਵੇਂ ਹੈ ਇਸੇ ਰ ਨਰਾਸਤ ਹੈ ਕਰ यार वो नाराज था कड़ा चिकन क्योंकि इको एक दो बारी इको आखे ने ना ये मतलब एक इशारा होता है ना यार बंदा एक दफा आख देवे के भाई तू सब मिठाई खवा ये इतना इग्नोर करने लागे ते बंदे खुद इंसल्ट फील करे सब पिनने आवे तेरे को मिठाई पिन दे पे अच्छा ये उल्टा खवाण दे बजाय एक साइड मार गए सारी बड़ा कौन है एक मिनट बड़ा कौन है बड़े अरे ये पॉलिश नाला में बिठे बड़ा बड़ा करके मैं कुछ ना कीता कर तू गाल सुन लाला कने पोछ मेरे घर जेले काम करेंदा रहेगा एक मिनट ई में लाला हाँ क्या हा क्या हा ये ओ ता आधा बैठे मैं मिठाई खवाई क्या नहीं हाँ ਤੈਂ ਕਹ ਬਈ ਖਾਣ ਪੀਣ ਦਾ ਭੁੱਖਾ ਨਹੀਂ ਬਈ ਸਭ ਦੁਕਾਨਾਂ ਮਿਠਾਈ ਖਾਣਾ ਜੇਲੇ ਚਾਵੇ ਮਿਠਾਈ ਨਾਲ ਯਾਰ ਵੀਰ ਇੱਕ ਮਿੰਟ ਸਾਰੇ ਚ ਵੱਡਾ ਵੇਲਾ ਮੁੰਡਾ ਹੈ ਤਾਂ ਬਸ ਵੇਲੇ ਮੁੰਡੇ ਦਾ ਹਰ ਬੰਦਾ ਨਹੀਂ ਦਾ ਭੁੱਖਾ ਨਹੀਂ ਹੁੰਦਾ ਹਰ ਬੰਦਾ ਆਪਣੇ ਪੈਸੇ ਨਾਲ ਗੇ ਖਾ ਸਕਦਾ ਲੇਕਿਨ ਗਾਂ ਦੇ ਖੁਸ਼ੀ ਦਿੱਤਾ ਕੁਝ ਦੋ ਤਰੇ ਵਾਰੀ ਆਖਨੇ ਕਮਰ ਕੰਪੀ ਲੱਗ ਮਿਠਾਈ ਖਵਾ ਦੇ ਆਪੂ ਹੀ ਇੱਕ ਬੰਦੇ ਇੱਕ ਵਾਰੀ ਫੋਨ ਕੀਤਾ ਬਈ ਯਾਰ ਕੰਮ ਹੈ ਅਸਾਂ ਜਿੱਥੇ ਯਾਰ ਦੇ ਸੋ ਛੋੜ ਕੇ ਆਏਗੇ ਬੋ ਚਾਚਾ ਦਾ ਸਨੇਹ ਅਬ ਮਿਠਾਈ ਤੁਸਾਂ ਹਰ ਵਾਰੀ ਨਾ ਸਾਡੋ ਗਾਲ ਕਿਉਂ ਮੈਂ ਕੋ ਪੈਸੇ ਕੌਣ ਦੇਵੇ यार तू अपने जेब खर्चे तो खेनवा ना ऊ अपने खर्चे जो तू खवा सकने तू ए गाल मैं मान ना लेते तक आज तक नहीं पैसे नहीं भूख आई है यार ओ मैं नहीं आदा पिया गाल में नियत होवे ना खवावण दी तो बंदा टोर फिर एक मैं तो तेरे मुंह देला खना भी कोई अगर होवे पैसे दी कमी तो पैसे नहीं परो ना घिनवे तो वाल मैं तायदार मैं भरण दे यार ओ मैं तक नहीं है मैं आखा भी पैसे दी मतलब कमी है मैं आगे मेरे के जितने है ना इस चीज का फर्क नहीं रखा वदे अब्बू ने अब्बू ने सारे घर दे वदे पे घर बनाए उना मैदा बनाए तायदा बनाए उने ए नहीं कभी शहजाद आप बने से शहजाद आप बने से उना पैसे सारे दे मैं लावण दा बुलांदा पे लेकिन जेले गाल आ के ने मिठाई देगा मेरे खुश दिल हो तो जेले ओ मैं को मिठाई आ मैं ना मेरा भी सब पैसे मजदूरी अब्बू ने देवनी मैं अपने जेब जो घेर ना मैं मकान दा काम करांदा रह जा ताजा मकान नहीं करांदा ताजा ने करना नहीं कर लख रुपए तेरे मकान दा रख दे पे अच्छा चलो हुन दा चौक ते मैं दे पे क्या ले लाला जितनी कीती सा गैरत ले ते खवैसी जे गैरत ला कहे ते लाला कुर्रा ही पे चौक ते मैं दे पे चौक लीटर मैं वखरा सुना सा वखरा चलो जवाब मैं वेंदा पिया ना पांच सवेरे मैं आप के दिया चलो तां नहीं आनी मैं देख के आन के खवा बगैर के शरादिया पानी इने पानी खा चाती ने दूध मर मान तले लाग ना सा मैं ने कथे मिठाई की तो भाई तार ना ठीक है ठीक है मग गई मैं अली मिले रोन दी तार ला सा तो मिठाई की इमे कराए ए जड़ा ए कमरा है लाला तुसा मिठाई खावनी है ना ना खावनी खावनी तो कड़ा वैसी भाई तू मिठाई की दिया ठीक है इतना जो काम है मैं कर सकता हूं तू की दिया ठीक है डन ठीक है पैसे मैं तो दे दी हूं पैसे दीते मेरे को
ਕਸਮ ਖੁਦਾ ਦੇ ਰਕਾਂ ਬਾਈ ਚੈੱਕ ਕਰ ਕਿੱਥੇ ਪੈਸੇ ਅੱਡੇ ਦੀ ਤੇ ਵਿਰਾਮਾਂ ਦਾ ਕੋਈ ਹਿਸਾਬ ਹੁੰਦਾ ਵਿਰਾਮ ਦਾ ਸਹੀ ਕੋ ਜਾਇ ਪੈ ਇਹ ਤਾਂ ਥਾਲੇ ਸਾਹਮਣੇ ਆ ਦੇ ਖੜਿਆ ਸੀ ਬਾਕੀ ਹੁਣ ਮੈਂ ਇਹ ਉਹ ਮਿਸਾਲ ਹੈ ਇਹ ਉਹ ਮਿਸਾਲ ਹੈ ਮੂੰਹ ਦੀ ਕੋਲ ਗੱਲਾਂ ਪਟਾਵੇ ਵਾ ਠੀਕ ਹੈ ਢਾਂਦੀ ਮਿਠਾਈ ਤੂੰ ਆਣਾ ਸੀ ਇੱਥੋਂ ਦਾ ਕੰਮ ਹੈ ਕਿਸਾ ਅਬੂ ਮੈਂ ਮਾਲ ਦੀ ਕਰਨੀ ਹੈ ਅਬੂ ਅਬੂ ਪੈਸੇ ਨਹੀਂ ਪਰ ਚੁੱਪ ਕਰ ਗਏ ਅਬਾ ਇੱਕ ਮਤਾ ਪੈਸੇ ਮੈਂ ਤੇ ਵਾਲਾ ਮੈਂ ਵਾਹ 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 ਅੱਜ ਤਾਂ ਮੇਰੀ ਭਾਈ ਗੱਡੀ ਲਸ਼ਕਰੀ ਪੈ ਮੇਰੀ ਇਹ ਕਿਆ ਤਰ੍ਹਾਂ ਦਾ 155 ਨਹੀਂ ਹੈ ਫਾਈਨਲੀ ਜਨਾਬ ਮੈਂ ਪਹੁੰਚ ਗਿਆ ਚਾਚਾ ਕਬੂਤਰਾਂ ਵਾਲੇ ਦੇ ਕੋਲ ਚਾਚਾ ਮੇਰੀ ਖੁਦ ਹੀ ਦੇਖ ਹੈ ਬਲਕਿ ਉਹ ਬੰਦਾ ਹੀ ਜਿਹੜਾ ਸਵੇਰੇ ਆਇਆ ਹਾ ਏ ਕਕਾਉ ਤੂੰ ਸ਼ਕਲ ਦਾ ਦਿਖਾ ਤੂੰ ਤਾਂ ਵਿੱਚ ਹੀ ਵੜ ਗਏ ਮੈਂ ਕਬੂਤਰ ਦਵਾ ਮਾਲਕ ਸਾਹਿਬ ਤੈਨੂੰ ਅੱਛਾ ਇਹ ਗਿਫਟ ਦੇਣੇ ਪਏ ਜਾਂ ਪੈਸਾ ਨਾਲ ਮੈਂ ਗਿਫਟ ਹੀ ਸਮਝ ਗਿਫਟ ਸਮਝ ਗਿਨੋ ਚਲੋ ਹੁਣ ਕੋਈ ਚੰਗੇ ਚੰਗੇ ਕੱਢੇ ਨਾ ਮੇਰੇ ਵਿਊਵਰ ਖੇਲ ਖੇਲ ਬੁੱਢੇ ਪਾ ਨਾ ਖਨੇ ਕਬੂਤਰ ਦਿੱਤੇ ਸੀ ਗੁੱਡ ਮਾਰਨਿੰਗ ਗੁੱਡ ਆਫਟਰਨੂਨ ਗੁੱਡ ਮਾਰਨਿੰਗ ਮਤਲਬ ਗੁੱਡ ਮਾਰਨਿੰਗ ਦਾ ਮਤਲਬ ਕੀ ਹੈ ਕੀ ਮਤਲਬ ਹੈ ਗੁੱਡ ਮਾਰਨਿੰਗ ਦਾ ਕੇਅਰ ਕਰਨੀ ਪੈਂਦੀ ਇਹੋ ਜਿਹੇ ਬਿੱਲੀਆਂ ਦੀ ਨਾ ਅਗਰ ਤੁਸੀਂ ਰੱਖੋ ਕੇਅਰ ਵਿਵਹਾਰ ਕਰਨੀ ਪੈਂਦੀ ਮਤਲਬ ਇਹਨਾਂ ਕੋਲ ਸ਼ੈਂਪੂ ਨਾਲ ਦਵਾਉਣਾ ਪੈਂਦਾ ਅੱਛੀ ਅੱਛੀ ਖੁਰਾਕ ਚਿੱਟਾ ਸਫਾਇਆ ਸੀ ਤੇ ਚੰਗਾ ਮੋਟਾ ਸੀਗਾ ਬਿੱਲਾ ਵਾ ਅੱਛਾ ਅੱਛਾ ਉਹ ਤਾਂ ਉੱਡੀ ਨਾ ਵੈਸਨ ਦੇਖੇ ਸਹੀ ਪੱਕੀ ਗੱਲ ਇਹ ਮੇਰੇ ਹੀ ਵੇ ਦੋਸਤ ਜਿਹੜਾ ਤਾਂ ਥੋਕ ਮੈਂ ਸਵੇਰ ਦਾ ਰਹਿ ਗਿਆ ਵੀ ਮੈਂ ਉਹਨੇ ਕਿਨੇ ਚਾਹ ਕੇ ਆਵਣ ਮੈਂ ਹੀ ਲਈ ਤਾਲਾ ਪੀਆਂ ਜਿਹੜੇ ਦੇਖ ਸਕਦੇ ਹੋ ਮਤਲਬ ਮੈਂ ਕਿਹਾ ਭਲਾ ਕੋਈ ਚਾਹ ਹੀ ਨਾ ਮੰਜੇ ਨਾ ਚੱਲ ਬਈ ਚੌਧਰੀ ਇਹਨਾਂ ਨੂੰ ਇਹਨਾਂ ਦੇ ਖੁੱਡੇ ਦੇ ਵਿੱਚ ਛੱਡ ਦੇ ਅਤੇ ਇਹ ਸਾਰੇ ਹੁਣ ਇੱਥਾਂ ਇਹਨਾਂ ਦਾ ਨਵਾਂ ਡਿਗਾਰੀ ਵੇ ਪਿਆ ਨਾ ਇਹ ਰੂਡ ਸੈਨ ਨਾ ਇਹ ਹੁਣ ਇਹ ਦੇਖੋ ਛੋੜਵਾਂ ਕਬੂਤਰ ਕਿਤਨਾ ਠੀਕ ਹਨ ਵਿੱਚ ਸੱਟੋ ਆਇਸ਼ਾ ਬਸ਼ੀ ਹੁਣ ਡੇਠਾ ਹੀ ਵਿਵਰ ਦੱਸਾ ਹੈ ਕਿ ਹਰਾ ਭਰਾ ਵੇ ਖੁੱਡਾ ਸਾਰਾ ਠੀਕ ਗਈ ਆ ਕਹਿਣਾ ਹਾਲੀ ਵੀ ਕਮੀ ਹੈ ਭਾਈ ਮਿਹਰਬਾਨੀ ਭਾਈ ਜਾਂ ਥੈਂਕ ਯੂ ਸ਼ੁਕਰੀਆ ਯਾਰਾਂ ਦਾ ਪਤਾ ਇੱਥੇ ਲੱਗਦਾ ਹੈ ਇਹਨੇ ਕਿਨੇ ਮੈਂ ਗਿਆ ਮੈਂ ਕਿ ਮੇਰੀ ਕਿਨੇ ਕਬੂਤਰ ਕਹਿਣੀ ਹੈ ਕਿ ਮਸਲਾ ਹੀ ਕਹਿਣੀ ਤੂੰ ਮੇਰੇ ਖੁੱਡੇ 'ਚੋਂ ਨਪੜ ਗਿਆ ਇਹਨੇ ਮੈਂ ਖੁੱਡੇ 'ਚੋਂ ਨਪੜ ਗਿਆ ਪਿਆ ਯਾਰਾਂ ਆਦ ਹੈ ਨਾ ਯਾਰੀ ਜਾਂ ਨਾਲ ਹੁੰਦੀ ਆ ਨਾ ਬਸ ਯਾਰਿਆਂ ਦਾ ਪਤਾ ਇੱਥੇ ਲੱਗਦਾ ਅੱਜ ਕੱਲ੍ਹ ਯਾਰ ਐਨ ਪੀ ਟੁਕਰੇ ਲਾ ਜਾ ਬਸ ਜਲੇ ਕੋਈ ਮਤਲਬ ਕਾਲ ਕਰੋ ਇਹਨਾਂ ਵੀ ਯਾਰ ਮੈਂ ਫਿਰਾਂਚੇ ਚਾਹੀਦੀ ਉਹ ਆਦ ਯਾਰ ਮੇਰੀ ਫਿਰਾਂ ਦਾ ਹੀ ਕਹਿਣਾ ਮਤਲਬ ਯਾਰੀ ਖਾਸ ਹੋਣੀ ਜੇ ਬੰਦੇ ਨਾਲ ਰੱਖੋ ਸਹੀ ਪਰ ਯਾਰੀ ਇਹ ਜੀ ਹੋਵੇ ਮੁਖਲਿਸ ਯਾਰੀ ਹੋਵੇ ਮਾਸ਼ਾਅੱਲਾ ਵਿਵਰ ਇਹਦੇ ਪੈ ਉਸ ਮੈਂ ਹੁਣ ਤਾਲਾ ਵੀ ਲਾ ਛਿੜੇ ਕਬੂਤਰ ਠੀਕ ਹੈ ਕਿਤੇ ਛੀ ਕਬੂਤਰ ਇਸ ਟਾਈਮ ਤੱਕ ਮੈਰੇ ਕਿਨੇ ਥੀ ਚੁੱਕੇ ਵੇ ਠੀਕ ਹੈ ਤਾਂ ਹੁਣ ਇਨਸ਼ਾਅੱਲਾ ਸਵੇਰੇ ਛੀ ਨਹੀਂ ਸੋਰੀ ਮੇਰੇ ਖਿਆਲ 7 ਥੀ ਚੁੱਕੇ ਨੇ ਮੈਂ ਸਵੇਰੇ ਗਿਣ ਗਿਣ ਸੂ ਕਿਉਂਕਿ ਮੈਂ ਹੁਣ ਬਹਿ ਵਿੱਚ ਆਇਆ ਤਾਂ ਇਨਸ਼ਾਅੱਲਾ ਸਵੇਰੇ ਇਹਨਾਂ ਕੋਲ ਉੱਡਣਾ ਵੀ ਸਿੱਖਿਆ ਸੂ ਮਤਲਬ ਇਹ ਨਹੀਂ ਹੈ ਕਿ ਉੱਡਣਾ ਇਹ ਨਾ ਸਿੱਖਿਆ ਸੂ ਕਿ ਜਿਹੜੇ ਉੱਡਣ ਵਾਲੇ ਉਸ ਨੇ ਵੈਸੇ ਮਤਲਬ ਇਹਨਾਂ ਨੂੰ ਛੁੜਿਆ ਸੂ ਨੈਕਸਟ ਵੀਡੀਓ ਦੇ ਵਿੱਚ ਮਤਲਬ ਇਹਨਾਂ ਕੋਲ ਦੇਖ ਸੂ ਕਿ ਇਹ ਸਾਰੇ ਘਰ ਟਿਕਦੇ ਨਹੀਂ ਜਾਂ ਭਾਜ ਵੈਨ ਇੱਥੇ ਹੀ ਰਹਿਣਾ ਅੱਜ ਵੀਡੀਓ ਦਾ ਐਂਡ ਉਮੀਦ ਤੁਹਾਨੂੰ ਸਾਰਾ ਅੱਜ ਦਾ ਜਿਹੜਾ ਵਿਲਾਗ ਚੰਗਾ ਲੱਗਾ ਸੀ ਅੱਜ ਦਾ ਅਗਰ ਵਿਲਾਗ ਚੰਗਾ ਲੱਗਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦੋਸਤਾਂ ਨਾਲ ਸ਼ੇਅਰ ਕਰ ਦਿਆ ਤਾਂ ਲਾਈਕ ਕਰੋ ਰਾਂਚਲ ਮਿਲਸੋ ਨਵੀਂ ਵੀਡੀਓ ਤਬ ਤੱਕ ਲਈ ਅੱਲਾ ਹਾਫਿਜ਼।